ਪਰਚਿਆਂ ਨਾਲ ਖੁਸ਼ ਹੁੰਦੇ ਹੋ ਤੁਸੀਂ, ਪਰਚਿਆਂ ਨਾਲ ਖੁਸ਼ ਹੋ ਜਾਓ, ਸਾਨੂੰ ਕੀ ਫਰਕ ਪੈਂਦਾ, ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ। ਸ਼ੁਰੂਆਤ ਆ ਜਿਹੜੀ ਉਹ ਲੁਧਿਆਣੇ ਤੋਂ ਹੋਊਗੀ, ਤੂੰ ਸਾਰੇ ਪੰਜਾਬ ਦੇ ਵਿੱਚ ਇਹ ਜੇਲ੍ਹ ਭਰੋਂ ਦੋ ਦਿਨ ਚੱਲੂਗਾ, ਇਹ ਹੁਣ ਬੰਦ ਹੋਣ ਵਾਲਾ ਨੀਗਾ। ਕਿੰਨੀਆਂ ਕਿਹਨਾਂ ਦੀਆਂ ਜੇਲ੍ਹਾਂ ਹੈ, ਜੇ ਹਿੰਮਤ ਹੋਊ ਤਾਂ ਫਿਰ ਇਕੱਲੇ ਇਕੱਲੇ ਨੂੰ ਲੈ ਕੇ ਜਾਇਓ, ਦੇਖ ਲਾਂਗੇ ਆਮ ਆਦਮੀ ਸਰਕਾਰ 'ਚ ਕਿੰਨੀ ਕੁ ਜਾਨ ਆ, ਕਿੰਨੀਆਂ ਕੁ ਗ੍ਰਿਫਤਾਰੀਆਂ ਕਰ ਸਕਦੇ ਆ ਇਹ, ਕਿੰਨੀਆਂ ਕਿਹਨਾਂ ਕੋਲ ਬੱਸਾਂ ਹੈ, ਕਿੰਨੇ ਕਿਹਨਾਂ ਕੋਲ ਜੇਲ੍ਹਾਂ ਹੈ। ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ, ਸਾਡੇ ਮੇਨ ਮੋਹਤਵਰ ਵਰਕਰਾਂ ਨਾਲ ਜੋ ਗੱਲ ਹੋਈ ਆ, ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਹ ਸਰਕਾਰ ਮੂਹਰੇ ਝੁਕਣਾ ਨਹੀਂ, ਗ੍ਰਿਫਤਾਰੀ ਦੇਣੀ ਆ। ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ। 5 ਤਰੀਕ ਨੂੰ ਡੀਸੀ, ਮੰਗਲਵਾਰ ਦਿਨ, ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਏ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ। ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਏ ਨੇਮ ਪਰਚਾ ਦਰਜ ਕੀਤਾ ਏ ਉਹ, ਤੇ ਉਦੋਂ ਬਾਅਦ ਜਿੰਨੇ ਵੀ ਉਹ ਲੋਕ ਚਾਹੁਣਗੇ, ਜਿੰਨੇ ਦੇ ਵੀ ਉਹਨਾਂ ਦੇ 50-60 ਜਿੰਨੇ ਵੀ ਲੋਕ ਚਾਹੀਦੇ ਆ, ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ। ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ, ਕਦੇ ਸੰਘਰਸ਼ ਦੱਬੇ ਨਹੀਂ ਜਾਂਦੇ, ਤੇ ਇਸ ਕਰਨ ਲਈ ਇਹ ਕਾਂਗਰਸ ਪਾਰਟੀ ਆ, ਆਜ਼ਾਦੀ ਦੀ ਲੜਾਈ, ਅੱਤਵਾਦ ਦੀ ਲੜਾਈ। ਭਾਈ ਪਰਚਿਆਂ ਨਾਲ ਖੁਸ਼ ਹੁੰਦੇ ਹੋ ਤੁਸੀਂ, ਪਰਚਿਆਂ ਨਾਲ ਖੁਸ਼ ਹੋ ਜਾਓ, ਸਾਨੂੰ ਕੀ ਫਰਕ ਪੈਂਦਾ, ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ। ਕਾਂਗਰਸ ਇਹ ਉਹ ਪਾਰਟੀ ਆ, ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ, ਜਿੱਦਣ ਜੇਲ੍ਹ 'ਚੋਂ ਛੱਡੋਗੇ ਉਦੋਂ ਬਾਅਦ ਫਿਰ ਜਿੱਥੇ ਤੁਸੀਂ ਚੋਰ ਦੁਆਰੀਆਂ ਕਰਦੇ ਹੋ, ਲੁੱਟਮਾਰ ਕਰਦੇ ਹੋ, ਉਹਨਾਂ ਨੂੰ ਫਿਰ ਉਜਾਗਰ ਕਰਾਂਗੇ। ਇੱਕ ਮਿੰਟ ਲਈ ਵੀ ਸਾਡਾ ਵਰਕਰ ਹੁਣ ਸਾਹ ਨਹੀਂ ਲਊਗਾ, 2 ਸਾਲ ਅਸੀਂ ਦੇ ਤੇ, ਇਹ ਚੰਗਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਤੇ ਇਹ ਲੁੱਟਮਾਰ ਇਹਨਾਂ ਦੀ ਬੰਦ ਕਰਾਂਗੇ। ਉਹ ਜੀ ਉਹਨਾਂ ਦੀ ਜੀ ਮਤ ਉਹ ਜੀ ਸੱਦ ਕੇ ਜਦ ਮਰਜ਼ੀ ਗ੍ਰਿਫਤਾਰ ਕਰਨ, ਉਹ ਤਾਂ ਅਸੀਂ ਆਪਣੇ ਆਪਣੇ ਘਰਾਂ 'ਚ ਹੀ ਹਾਂ, ਅਸੀਂ ਕਿਹੜੇ ਕਿਤੇ ਬਾਹਰ ਭੱਜੇ ਹੋਏ ਆ, ਹੁਣ ਕਰ ਲੈਣ ਆ ਕੇ ਗ੍ਰਿਫਤਾਰ, ਅਸੀਂ ਨਹੀਂ ਕਿਤੇ ਗਏ। ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਖੜੇ ਨੇ ਸਾਹਮਣੇ, ਪੀਓਸੀਬੀ ਦਫ਼ਤਰ ਦੇ ਬਾਹਰ ਤੈਨਾਤ ਕੀਤੇ ਗਏ ਨੇ ਕੋਈ? ਨਹੀਂ, ਉਹਦੇ ਬਾਰੇ ਤਾਂ ਸਾਨੂੰ, ਅਸੀਂ ਤਾਂ ਅੰਦਰ ਆ, ਪਤਾ ਨਹੀਂ ਲੱਗਿਆ। ਪਰ ਮੈਂ ਤਾਂ ਇਹੀ ਕਹਿੰਦੇ ਆ ਨਾ, ਜਿੱਥੇ ਜਿੱਥੇ ਇਹ ਡਰਦੇ ਆ ਖਾਖੀ ਨੂੰ ਅੱਗੇ ਕਰਦੇ ਆ, ਜਿੱਥੇ ਜਿੱਥੇ ਇਹ ਫਸਦੇ ਆ ਖਾਖੀ ਨੂੰ ਅੱਗੇ ਕਰਦੇ ਆ, ਉਹ ਸਾਡੇ ਭਰਾ ਨੇ, ਸਾਰੇ ਪੁਲਿਸ ਵਾਲੇ ਉਹ ਸਾਡੇ ਨੇ, ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਤੱਤੀ ਵਾਹ ਨਹੀਂ ਸਾਨੂੰ ਲੱਗਣ ਦੇਣਗੇ। ਹਾਂ, ਸਰਕਾਰ ਆ ਜ਼ਾਲਿਮ ਸਰਕਾਰ ਆ, ਉਹਨਾਂ ਦਾ ਕੀ, ਉਹ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ, ਰੋਜ਼ ਇਨਕਾਊਂਟਰ ਹੋ ਰਹੇ ਆ, ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ, 100 ਦੇ 100 ਟੈਲੀਫੋਨ ਜੇਲ੍ਹਾਂ 'ਚੋਂ ਲੱਭ ਰਹੇ ਆ, ਉਹ ਤਾਂ ਰੋਕ ਨਹੀਂ ਹੁੰਦੇ। ਜਿਹੜੇ ਰੋਜ਼ ਲੁੱਟ ਰਹੇ ਐ MLA ਪੈਸੇ, ਲੁੱਟ ਕੇ ਜਿਹੜੇ ਬਾਹਰ ਭੱਜ ਗਏ, ਉਹ ਆਵੇ ਤਾਂ ਨਾ ਮੂਹਰੇ, ਜਿਹਦੇ ਪਰਚਾ ਮੇਰਾ, ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ, ਉਹ ਦੁੱਖ ਨਹੀਂ ਗਾ, ਦੁੱਖ ਇਹ ਹੋਇਆ ਵੀ ਰਾਘਵ ਚੱਡੇ ਦਾ ਨਾਂ ਕਿਵੇਂ ਲੈਤਾ। ਰਾਘਵ ਚੱਡੇ ਦੇ ਕਰਕੇ ਦਿੱਲੀਓਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ, ਕਿਉਂਕਿ ਰਾਘਵ ਚੱਡਾ ਸਭ ਤੋਂ ਇਹਨਾਂ ਦੀ ਦੁੱਖ ਦੀ ਰਾਗਾ ਜਿਹੜਾ ਪੰਜਾਬ 'ਚੋਂ ਸਾਰਾ ਕੁਛ ਉਹਦੀ ਕਾਰਸ਼ਤਾਨੀ ਨਾਲ ਜਿਹੜਾ ਪੰਜਾਬ ਅੱਜ ਇਸ ਕਗਾਰ ਤੇ ਖੜਾ। ਉਹ ਵਰਕਰਾਂ ਦੇ ਨਾਲ, ਕਿਉਂਕਿ ਉਹ ਜਿਹੜੇ ਇਨਡਿਸਪਲਿਨ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ, ਕਿਉਂਕਿ ਇਸ ਔਖੇਪਣ ਚੋਂ ਪਾਰਟੀ ਨਿੰਗ ਰਹੀ ਆ, ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ
ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ, ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾ ਸੁਣੋ, ਤੇ ਇਸ ਕਰਕੇ ਡਿਸਪਲਿਨ ਬਹੁਤ ਜ਼ਰੂਰੀ ਆ। ਉਹ ਕਈ ਵਾਰ ਡਿਸਪਲਿਨ ਲਈ ਸਖਤੀ ਕਰਨੀ ਵੀ ਪੈਂਦੀ ਆ, ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜ ਸਖਤੀ ਕੀਤੀ ਆ। ਅਗਲੀ ਮੀਟਿੰਗਾਂ 'ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਹੈ ਇੱਕ ਦੂਜੇ ਦੀ ਸੁਣੂ, ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ, ਬੋਲ ਤਾਂ ਵਰਕਰ ਹੀ ਰਿਹਾ ਸੀ। ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ, ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ, ਤੇ ਉਹਨਾਂ ਦੀ ਗੱਲ ਸੁਣ ਲਓ। ਜੇ ਤੁਸੀਂ ਗੱਲ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ? ਨਹੀਂ, ਨਾਰਾਜ਼ਗੀ ਤਾਂ ਕਾਹਦੀ ਹੁੰਦੀ ਆ, ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ, ਅਸੀਂ ਵੀ ਆਸ਼ੂ ਨੂੰ ਜਾਣਦੇ ਹਾਂ, ਤੇ ਇਸ ਕਰਕੇ ਉਹਨਾਂ ਦੇ ਬਗੈਰ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ, ਉਹ ਵੀ ਜੇਲ੍ਹ ਚਲਾ ਕੇ ਆਏ ਆ। ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਵੀ ਜੇ ਸਾਡੇ ਤੇ ਇੰਨਾ ਕੁਛ ਹੋਇਆ, ਤਸ਼ੱਦਦ ਹੋਇਆ ਯਾਰ, ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਦੋਂ ਆਪਾਂ ਆਈ ਗਏ ਟਾਈਮ ਕੱਢ ਕੇ ਇੱਕ ਤਾਂ ਆਏ ਆ, ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ। ਸਿਰਫ ਤੁਹਾਨੂੰ ਵੀ ਪਤਾ ਇਹ ਗੱਲ ਆ, ਉਹ ਤੁਸੀਂ ਵੀ ਹਟਦੇ ਨਹੀਂ, ਤੁਸੀਂ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅੰਦਰਲੀ ਉਹ ਤੁਸੀਂ ਬਾਹਰ ਚਲਾ ਦਿੰਦੇ ਹੋ, ਕਿਉਂਕਿ ਅੰਦਰ ਬਹੁਤ ਗੱਲਾਂ ਡਿਸਪਲਿਨ ਦੀਆਂ ਹੁੰਦੀਆਂ ਹੈ, ਬਹੁਤ ਵਾਰੇ ਮੀਟਿੰਗ ਪਰਿਵਾਰਕ ਮੀਟਿੰਗਾਂ ਹੈ, ਉਹ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਈ ਐਸੀਆਂ ਸ਼ਰਾਰਤਾਂ ਹੁੰਦੀਆਂ ਹੈ ਸਾਰੇ ਪਾਸਿਓਂ, ਜਿਹੜੀ ਉਹ ਕੋਈ ਨਾ ਕੋਈ ਲੀਕ ਜਿਹੜੀ ਉਹ ਐਸੀ ਕਰਦੇ ਹੋ ਜਿਹਦੇ ਨਾਲ ਕਈ ਨਾ ਕਈ ਕਈ ਵਾਰ ਤਕਲੀਫ ਇਹ ਦੂਜੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ। ਹੁਣ ਅਗਲੀ ਰਣਨੀਤੀ ਕੀ ਬਣਾਈ ਹੈ ਜੀ? ਹੁਣ 5 ਬਿਲਕੁਲ ਇਦੋਂ ਵੱਧਾ, ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ 5 ਤਰੀਕ ਨੂੰ ਦੱਸਾਂਗੇ ਕਿੰਨੀਆਂ ਕੁ ਹੱਥ ਕੜੀਆਂ ਇਹਨਾਂ ਦੇ, ਕਿੰਨੀਆਂ ਕਿ ਇਹਨਾਂ ਦੀਆਂ ਜੇਲ੍ਹਾਂ ਹੈ। ਜੇ ਹਿੰਮਤ ਹੋਊ ਤਾਂ ਫਿਰ ਕੱਲੇ ਕੱਲੇ ਨੂੰ ਲੈ ਕੇ ਜਾਇਓ, ਕੱਲੇ ਕੱਲੇ ਨੂੰ ਜਿਹੜਾ ਗ੍ਰਿਫਤਾਰੀ ਦੇਣ ਆਊਗਾ ਨਾ, ਨਾਲ ਉਹ ਲਿਖ ਕੇ ਲਿਆਓ ਵੀ ਭਾਈ ਮੇਰੇ ਤੇ ਵੀ ਪਰਚਾ ਦਰਜ ਕਰੋ, ਮੇਰੀ ਦੇਖ ਲਾਂਗੇ ਆਮ ਆਦਮੀ ਸਰਕਾਰ 'ਚ ਕਿੰਨੀ ਕੁ ਜਾਨ ਆ, ਕਿੰਨੀਆਂ ਕੁ ਗ੍ਰਿਫਤਾਰੀਆਂ ਕਰ ਸਕਦੇ ਆ ਇਹ, ਕਿੰਨੀਆਂ ਕਿਹਨਾਂ ਕੋਲ ਬੱਸਾਂ ਹੈ, ਕਿੰਨੇ ਕਿਹਨਾਂ ਕੋਲ ਜੇਲ੍ਹਾਂ ਹੈ, ਸਭ ਭਰ ਦਿਆਂਗੇ 5 ਤਰੀਕ ਨੂੰ। ਇਹ ਸ਼ੁਰੂਆਤ ਆ ਜਿਹੜੀ ਉਹ ਲੁਧਿਆਣੇ ਤੋਂ ਹੋਊਗੀ, ਉਦੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਇਹ ਜੇਲ੍ਹ ਭਰੋਂ 2 ਦਿਨ ਚੱਲੂਗਾ। ਇਹ ਹੁਣ ਬੰਦ ਹੋਣ ਵਾਲਾ ਨੀਗਾ, ਦੇਖੀ ਜਾਊਗੀ ਹੁਣ ਤਾਕਤ ਇਹਨਾਂ ਦੇ ਅੰਦਰ ਕਿੰਨੀ ਆ।